गर्मी किन्नी अज ਭਾਬੀ ਨੂੰ ਇੰਨਾ ਟਾਈਮ ਹੋ ਗਿਆ ਮੰਮੀ ਰੋਟੀ ਲੈ ਕੇ ਨਹੀਂ ਆਈ। ਉਹ ਆ ਜਾਓ ਹੁਣ। ਆ ਗਈ। ਯਾ ਭਾਬੀ ਤੁਸੀਂ ਤਾਂ ਬਾਹਲਾ ਹੀ ਟਾਈਮ ਲਾਤਾ, ਮੈਨੂੰ ਤਾਂ ਬਹੁਤ ਭੁੱਖ ਲੱਗੀ ਸੀ। ਕੋਈ ਨਾ ਹੁਣ ਤਾਂ ਲਿਆਈ, ਹੁਣ ਖਾ ਲਾ। ਬਸ ਖਾਣ ਹੀ ਲੱਗੀ ਆ ਭਾਬੀ। ਹਾਂ ਮਨਪ੍ਰੀਤ, ਪਾਣੀ ਤਾਂ ਲਿਆ ਦੇ। ਲਿਆ ਦਿੰਦੀ ਆ। ਮੰਮੀ ਨਾ ਭਾਬੀ ਦਾ ਮੂੰਹ ਕਾਤੇ ਬਣਿਆ ਹੋਇਆ ਸੀ। ਉਹ ਨਹੀਂ, ਮੂੰਹ ਥੋੜਾ ਨਾ ਬਣਿਆ ਹੋਇਆ ਸੀ, ਤੂੰ ਤਾਂ ਬੈਠੇ ਏਸੀ ਦੇ ਵਿੱਚ ਔਰ ਰਸੋਈ ਦੇ ਵਿੱਚ ਖੜੀ ਆ, ਗਰਮੀ ਪਤਾ ਕਿੰਨੀ ਆ। ਨਾ ਰਸੋਈ ਦੇ ਵਿੱਚ ਖੜਾ ਨਾਲ ਕਿਤੇ ਮੂੰਹ ਬਣ ਜਾਂਦਾ, ਹੱਦ ਹੋ ਗਈ ਮੰਮੀ, ਤੂੰ ਕਿਹੜੀ ਗੱਲ ਕਿੱਥੇ ਜੋੜੀ ਜਾਂਦੀ ਆ। ਉਹ ਗਰਮੀ ਚ ਖੜ ਕੇ ਮੂੰਹ ਲਾਲ ਹੋ ਜਾਂਦਾ ਗੇਰੂ ਵਰਗਾ, ਤੂੰ ਰੋਟੀ ਖਾ ਲਾ ਫਿਰ ਕਹੇਂਗੀ ਠੰਡੀ ਹੋ ਗਈ। ਨਾ ਮੈਨੂੰ ਕਹਾ ਨਗੋਚਾ ਕੱਢਣ ਦੀ ਆਦਤ ਆ, ਜਿਹੜੀ ਚੀਜ਼ ਚ ਕਮੀ ਹੁੰਦੀ ਆ ਨਾ ਉਹੀ ਕਹਿੰਦੀ ਆ, ਬਿਨਾਂ ਮਤਲਬ ਤੋਂ ਕੁਛ ਨੀ ਕਹਿੰਦੀ। ਚੱਲ ਛੱਡ, ਤੈਂ ਕਿਹੜਾ ਮੰਨਣੀ ਆ, ਰੋਟੀ ਖਾ ਲਾ। ਕੀ ਹੋਇਆ? ਛੀ, ਕਿੰਨੀ ਗੰਦੀ ਸਬਜ਼ੀ ਆ, ਰਹਿਣ ਦੇ ਖਾਣ ਨੂੰ। ਕਿਤੇ ਹੋਰ ਨਾ ਕੁਛ ਕਹਿ ਰਹੀ, ਉਹ ਤਾਂ ਇੰਨੀ ਸਵਾਦ ਸਬਜ਼ੀ ਬਣਾਉਂਦੀ ਆ। ਨਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਵੀ ਮੈਂ ਝੂਠ ਬੋਲਦੀ ਆ? ਉਹ ਰੋਟੀ ਦੀ ਬੁਰਕੇ ਵੀ ਨਹੀਂ ਮੈਨੂੰ ਮੂੰਹ 'ਚ ਪਾਉਣ ਦਿੱਤੀ ਹੈਗੀ, ਉਹ ਤਾਂ ਰੋਟੀ ਪਾਣੀ ਇੰਨਾ ਸਵਾਦ ਬਣਾਉਂਦੀ ਆ, ਅਲਾ ਜੇ ਕੋਈ ਆ ਗਿਆ ਹੁੰਦਾ ਨਾ ਉਂਗਲਾ ਚੱਕਦਾ ਰਹਿ ਜਾਂਦਾ। ਬਸ ਆਹੀ ਤਾਂ ਗੱਲ ਆ ਮੰਮੀ, ਤੈਨੂੰ ਮੇਰੇ 'ਚ ਤਾਂ ਕਮੀਆਂ ਦਿਖ ਜਾਂਦੀਆਂ ਨੇ, ਪਰ ਭਾਬੀ 'ਚ ਇੰਨੀਆਂ ਕਮੀਆਂ ਹੋਣ ਦੇ ਬਾਵਜੂਦ ਵੀ ਤੂੰ ਉਹਦੀ ਤਾਰੀਫ ਕਰਨ ਤੋਂ ਨਹੀਂ ਹਟਦੀ। ਗੁਣ ਪਤਾ ਉਹਦੇ 'ਚ ਕਿੰਨੇ ਨੇ, ਤਾਂ ਹੀ ਤਾਂ ਮੈਂ ਤਾਰੀਫ ਕਰਦੀ ਹਾਂ। ਅੱਛਾ, ਮੈਂ ਹੀ ਰੋਕਿਆ ਸੀ, ਹੁਣ ਮੈਂ ਹੀ ਕਹਿੰਦੀ ਆ ਬੁਰਕੀ ਖਾ ਫਿਰ ਗੱਲ ਕਰੀ। ਲੈ ਹੋ ਹੀ ਨਹੀਂ ਸਕਦਾ ਵੀ ਸਬਜ਼ੀ ਸਵਾਦ ਨਾ ਹੋਵੇ, ਮੈਂ ਹੁਣੇ ਹੀ ਖਾਂਦੀ ਹਾਂ। ਕੀ ਹੋਇਆ, ਸਵਾਦ ਨੀ, ਹੁਣ ਕਰ ਤਾਰੀਫਾਂ। ਵੈਸੇ ਮੰਮੀ ਭਾਬੀ ਕਦੋਂ ਦੀ ਪਾਣੀ ਲੈਣ ਗਈ ਹੋਈ ਆ, ਹਜੇ ਤੱਕ ਨੀ ਮੁੜੀ। ਇਹ ਭਾਬੀ ਮਨਪ੍ਰੀਤ, ਗੱਲ ਨਾ ਵਧਾਈ। ਗੱਲ ਨਾ ਵਧਾਈ, ਜਦੋਂ ਮੈਂ ਆਉਂਦੀ ਆ ਇਹੀ ਕੁਛ ਕਰਦੀ ਆ, ਅੱਜ ਤਾਂ ਮੈਂ ਗੱਲ ਕਰੂੰਗੀ ਭਾਬੀ। ਉਹ ਆ ਗਈ। ਆ ਗਈ ਮਨਪ੍ਰੀਤ, ਭਾਂਡੇ ਧੋਣ ਵਾਲੇ ਸੀ ਤਾਂ ਕਰਕੇ ਲੇਟ ਹੋ ਗਏ। ਇੱਕ ਮਿੰਟ ਰੁਕ। ਨਾ ਕੀ ਗੱਲ, ਤੈਨੂੰ ਮੈਂ ਚੰਗੀ ਨੀ ਲੱਗਦੀ? ਨਹੀਂ, ਏਦਾਂ ਦੀ ਤਾਂ ਕੋਈ ਗੱਲ ਨੀ ਮਨਪ੍ਰੀਤ, ਤੂੰ ਮੈਨੂੰ ਐ ਕਾਹਤੇ ਬੋਲਦੀ ਆ? ਭਾਬੀ ਮੈਨੂੰ ਬੋਲਣ ਤੇ ਮਜਬੂਰ ਕੀਤਾ ਤੁਸੀਂ, ਮੇਰੇ ਨਾਲ ਜਿਰਾ ਕਰ ਦਿਓ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਮੰਮੀ ਕਿ ਭਾਬੀ ਮੇਰੇ ਨਾਲ ਫਰਕ ਰੱਖਦੀ ਆ, ਅੱਜ ਦੇਖ ਲੈਣਾ ਤੁਸੀਂ। ਨਾ ਮੈਂ ਕਿਹੜੀ ਤੇਰੇ ਨਾਲ ਜਿੱਦ ਕਰਤੀ? ਤੂੰ ਕੁੜੀ ਚੁੱਪ ਕਰ ਜਾ, ਹੁਣ ਮੈਂ ਗੱਲ ਕਰਦੀ ਆ। ਨਾ ਮੈਨੂੰ ਦੋ ਦਾਲ ਸਬਜ਼ੀ ਤੂੰ ਇੰਨੀ ਸਵਾਦ ਬਣਾਉਂਦੀ ਆ, ਅੱਜ ਮਨਪ੍ਰੀਤ ਆਈ ਆ, ਤੂੰ ਏਦਾਂ ਦੀ ਸਬਜ਼ੀ ਕਿਉਂ ਬਣਾਈ ਆ? ਕਹਿ ਜੀ, ਮੇਰੀ ਸੰਨੀ ਕੀਤੀ ਪਈ ਆ, ਮਨ ਪੱਕਾ ਨੂਣ ਸੁੱਟਿਆ ਪਿਆ ਵਿੱਚ। ਜੇ ਰੋਟੀ ਨਹੀਂ ਖਵਾਉਣੀ ਸੀ ਤਾਂ ਸਾਫ ਮਨਾ ਕਰ ਦਿੰਦੀ, ਸਬਜ਼ੀ ਤਾਂ ਨਾ ਖਰਾਬ ਕਰਦੀ। ਇੰਨੀ ਨਫ਼ਰਤ ਉਹ ਵੀ ਰੋਟੀ ਪਾਣੀ ਦੇ ਜ਼ਰੀਏ ਕੱਢਦੀ ਆ। ਮੰਮੀ ਮੈਂ ਨਾ ਨੂਣ ਚੈੱਕ ਕੀਤਾ ਸੀ, ਉਹ ਤਾਂ ਬਿਲਕੁਲ ਸਹੀ ਸੀ। ਫਿਰ ਹੁਣ ਇਹਨੂੰ ਕੀ ਹੋ ਗਿਆ, ਮੈਂ ਤਾਂ ਨਹੀਂ ਵਿੱਚ ਪਾਤਾ ਨੂਣ। ਤੈਨੂੰ ਪਤਾ ਹੀ ਆ ਜੇ ਮੇਰਾ ਮੂੰਹ ਖਲਾਉਣਾ ਤਾਂ ਮੈਂ ਖੋਲ ਦਿੰਦੀ ਆ। ਨਹੀਂ ਹੁਣ ਕਿਉਂ ਮੂੰਹ ਅੱਡਿਆ? ਮੰਮੀ ਤੁਹਾਨੂੰ ਮੈਂ ਦੱਸਦੀ ਆ ਸਬਜ਼ੀ ਦੇ ਵਿੱਚ ਨੂਣ ਕਿਵੇਂ ਤੇਜ਼ ਹੋ ਗਿਆ।
ਮਨਪ੍ਰੀਤ ਮੰਮੀ ਭਾਬੀ ਨੇ ਕਹਿਤਾ ਤੇ ਤੁਸੀਂ ਮੰਨ ਲਿਆ? ਬਸ ਕਰ ਮਨਪ੍ਰੀਤ, ਮੈਨੂੰ ਤੇਰਾ ਵੀ ਪਤਾ ਤੇ ਤੇਰੀ ਭਾਬੀ ਦਾ ਵੀ, ਮੈਨੂੰ ਸਿੱਧੀ ਹੋ ਕੇ ਦੱਸ ਦੇ ਵੀ ਇਹ ਸਭ ਕੁਛ ਕਿਉਂ ਕੀਤਾ। ਮੰਮੀ ਤੈਨੂੰ ਆਪਣੇ ਕੁੱਖੋ ਜੰਮੀ ਧੀ ਤੇ ਯਕੀਨ ਨਹੀਂ ਤੇ ਆ ਬਗਾਨੇ ਘਰੋਂ ਆਈ ਤੇ ਪੂਰਾ ਯਕੀਨ ਆ। ਬਗਾਨੇ ਘਰੋਂ ਆਈ ਜ਼ਰੂਰ ਆ, ਪਰ ਆਈ ਆਪਣੇ ਘਰ ਆ, ਰਹੀ ਗੱਲ ਯਕੀਨ ਦੀ ਉਹ ਤਾਂ ਮੈਨੂੰ ਹੈ। ਮੰਮੀ ਮੈਂ ਨਾ ਇਹੋ ਜਿਹਾ ਕੁਛ ਨਹੀਂ ਕੀਤਾ ਹੈਗਾ, ਪਰ ਜਿਸ ਦਿਨ ਦੀ ਇਹ ਵਿਆਹ ਕੇ ਆਈ ਆ ਨਾ, ਬਸ ਤੈਨੂੰ ਇਹੀ ਦੇਖਦੀ ਆ। ਬਗਾਨੀ ਧੀ ਕਰਕੇ ਆਪਣੀ ਧੀ ਨੂੰ ਭੁੱਲੀ ਜਾਂਦੇ ਹੋ, ਇਹਦੀਆਂ ਗੱਲਾਂ ਚ ਆ ਕੇ ਤੁਸੀਂ ਮੈਨੂੰ ਮਾੜਾ ਕਹੀ ਜਾਂਦੇ ਹੋ। ਮਨਪ੍ਰੀਤ ਇਹੋ ਜਿਹਾ ਕੁਛ ਨਹੀਂ ਹੈਗਾ, ਇਹ ਤੇਰਾ ਵਹਿਮ ਆ, ਜਿਹੀ ਜੀ ਤੂੰ ਆ ਉਹੀ ਜੀ ਮੈਨੂੰ ਮਿੰਦੋ ਆ। ਮੈਨੂੰ ਸਾਰਾ ਹੀ ਪਤਾ ਮੰਮੀ, ਇਹਦੀਆਂ ਗਲਤੀਆਂ ਮੇਰੇ ਤੇ ਸਿੱਟਣ ਨੂੰ ਫਿਰਦੇ ਹੋ, ਨੂਣ ਇਹ ਤੋਂ ਵੱਧ ਪਿਆ ਨਾ ਮੇਰਾ ਲਾਈ ਜਾਂਦੇ ਹੋ। ਕੌਣ ਕਿਹਦੇ ਤੇ ਇਲਜ਼ਾਮ ਲਾਉਂਦਾ ਨਾ ਮੈਨੂੰ ਦਿਖਦਾ ਹੀ ਆ। ਕੀ ਦੇਖਦਾ ਹੀ ਆ? ਭਾਬੀ ਨੇ ਕਹਿਤਾ ਤੇ ਤੁਸੀਂ ਮੰਨ ਲਿਆ? ਤੁਸੀਂ ਦੇਖਿਆ ਮੈਨੂੰ ਜਾਂਦੇ ਹੋਏ? ਤੁਸੀਂ ਦੇਖਿਆ ਮੈਨੂੰ ਲੂਣ ਪਾਉਂਦੇ ਹੋਏ? ਮਨਪ੍ਰੀਤ ਗੁੱਸਾ ਨਾ ਕਰੀ, ਜਿਸ ਦਿਨ ਦੀ ਮੈਂ ਵਿਆਹ ਕੇ ਆਈ ਆ ਨਾ, ਤੂੰ ਪਤਾ ਨਹੀਂ ਕਿਹੜੀ ਗੱਲੋਂ ਮੇਰੇ ਤੋਂ ਖਾਰ ਖਾਨੀ ਆ। ਆਖਿਰਕਾਰ ਤੇਰੀ ਮੈਂ ਭਾਬੀ ਆ। ਮੈਂ ਤੇਤੋਂ ਕਦੋਂ ਖਾਰ ਖਾਨੀ ਆ? ਬਸ ਠੀਕ ਆ, ਇੱਕ ਇਲਜ਼ਾਮ ਹੋਰ ਲਾ ਦੋ ਮੇਰੇ ਤੇ, ਨਾਲੇ ਮੈਂ ਕਦੋਂ ਕਿਹਾ ਵੀ ਭਾਬੀ ਨੀਗੀ? ਭਾਬੀ ਵਾਲੇ ਕੰਮ ਵੀ ਕਰ ਲਾ, ਤੌਣ ਤਾਂ ਨਾ ਲਗਾ ਮੇਰੇ ਤੇ। ਮਨਪ੍ਰੀਤ ਤੈਨੂੰ ਨਾ ਮੈਂ ਆਪ ਦੇਖਿਆ ਨੂਣ ਪਾਉਂਦੀ ਨੂੰ, ਜੇ ਨਾ ਦੇਖਿਆ ਹੁੰਦਾ ਨਾ ਤਾਂ ਮੈਂ ਕਹਿੰਦੀ ਵੀ ਨਾ। ਕਿਉਂ ਝੂਠ ਬੋਲਦੀ ਆ ਭਾਬੀ, ਤੂੰ ਮੈਨੂੰ ਕਿਹੜੇ ਵੇਲੇ ਦੇਖ ਲਿਆ? ਜਦੋਂ ਦੀ ਮੈਂ ਆਈ ਆ ਮੰਮੀ ਕੋਲ ਬੈਠੀ ਆ। ਉਹ ਬਸ ਕਰੋ, ਕਿਉਂ ਲੜੀ ਜਾਂਦੀ ਹੋ? ਸਬਜ਼ੀ ਆ ਦੁਬਾਰਾ ਧਰ ਲਓ। ਮੰਮੀ ਗੱਲ ਸਬਜ਼ੀ ਦੀ ਨਹੀਂ ਹੈਗੀ, ਗੱਲ ਆ ਇਲਜ਼ਾਮ ਦੀ, ਮੇਰੇ ਤੇ ਇਲਜ਼ਾਮ ਲੱਗਿਆ। ਜੇ ਇਹੀ ਗੱਲ ਆ ਤਾਂ ਮੈਂ ਇਸ ਘਰ 'ਚ ਹੀ ਨਹੀਂ ਆਉਂਦੀ ਹੈਗੀ। ਨਾ ਨਾ ਪੁੱਤ, ਤਾਂ ਆਉਣਾ ਕਿਉਂ ਨਹੀਂ? ਆਉਣਾ ਤੇਰਾ ਪੇਕਾ ਘਰ ਆ। ਚੱਲ ਪੁੱਤ, ਆਪਾਂ ਦੋਨੇ ਵੇਲੇ ਸਬਜ਼ੀ ਬਣਾ ਲੈਂਦੇ। ਚੱਲ ਆ। ਮੰਮੀ ਮੈਂ ਸੱਚ ਕਹਿਣੀ ਆ, ਮੈਂ ਨੂਣ ਨਹੀਂ ਪਾਇਆ, ਮੈਂ ਚੈੱਕ ਕੀਤਾ ਸੀਗਾ ਪਹਿਲਾਂ। ਚੱਲ ਕੋਈ ਨਾ ਪੁੱਤ, ਜੇ ਇਹ ਰੁੱਸ ਗਈ ਇਹਨੇ ਜਾ ਕੇ ਪਰਾਉਣੇ ਨੂੰ ਕਹਿ ਦੇਣਾ, ਫਿਰ ਪਰਾਉਣਾ ਵੀ ਰੁੱਸ ਜੂਗਾ। ਠੀਕ ਆ ਮੰਮੀ। ਪਰ ਮੈਨੂੰ ਇੱਕ ਗੱਲ ਦੱਸ, ਜਦ ਤੈਨੂੰ ਪਤਾ ਸੀਗਾ ਵੀ ਸਬਜ਼ੀ 'ਚ ਨੂਣ ਵੱਧ ਆ, ਫਿਰ ਤੂੰ ਲੈ ਕੇ ਕਿਉਂ ਆਈ? ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਮਨਪ੍ਰੀਤ ਨੇ ਆਹ ਕੁਛ ਕੀਤਾ। ਜ਼ਮੀਨਾਂ ਪਿੱਛੇ ਤਾਂ ਲੜਾਈ ਮੈਂ 20 ਵਾਰ ਦੇਖੀ ਆ, ਪਰ ਸੱਸ ਨੂੰ ਦੀ ਬਣਦੀ ਆ ਇਹਦੇ ਪਿੱਛੇ ਲੜਾਈ ਪਹਿਲੀ ਵਾਰ ਦੇਖੀ ਆ। ਚਲੋ ਕੋਈ ਗੱਲ ਨਹੀਂ ਮੰਮੀ, ਤੁਸੀਂ ਬੈਠੋ, ਮੈਂ ਹੀ ਸਬਜ਼ੀ ਹੋਰ ਧਰ ਦਿੰਦੀ ਹਾਂ। ਠੀਕ ਆ ਪੁੱਤ। ਲੜਾਈ ਲੜਾਈ ਤਾਂ ਹੁਣ ਮੈਂ ਸ਼ੁਰੂ ਕਰੂੰ? ਤੈਨੂੰ ਤਾਂ ਮੈਂ ਦੱਸਦੀ ਹਾਂ ਭਾਬੀ,